ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਪੰਖੇਰੂ ਫੇਰੀਆਂ ਇਸ ਸਿਰਲੇਖੇਠ ਆਪ ਜੀ ਨੇ 5 ਲੇਖ ਖਾਲਸਾ ਸਮਾਚਾਰ ਲਈ ਲਿਖੇ ਸਨ ਸੋ ਆਓ ਇਸ ਦਾ ਦੂਸਰਾ ਲੇਖ ਸਰਵਣ ਕਰੀਏ ਜੀ ਦੂਸਰਾ ਤੂੰ ਨੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ਅਸਪੰਤਾਰੇ ਕਰਕੇ ਨੀ ਮੈਂ ਸੂਰਜ ਅਗਨ ਜਲਾਵਾਂਗੀ ਲਾ ਮਕਾਨ ਦੀ ਪੌੜੀ ਉੱਪਰ ਚੜ੍ਹ ਕੇ ਢੋਲਾ ਗਾਵਾਂਗੀ ਤੂੰ ਨੇ ਕਾਮਨ ਕਰਕੇ ਨੀ ਮੈਂ ਪਿਆਰਾ ਯਾਰ ਮਨਾਵਾਂਗੀ ਕਸੂਰ ਕੋਲ ਇੱਕ ਫਕੀਰ ਈਉਂ ਗਾ ਰਿਹਾ ਸੀ ਮੈਂ ਉੱਡਦਾ ਜਾਂਦਾ ਸੀ ਪਰ ਹੇਠਾਂ ਲੈ ਆਇਆ ਤੇ ਜਿੰਨਾ ਕੁਝ ਮੈਂ ਸੁਣਿਆ ਉਤਨਾ ਇਹ ਉੱਪਰ ਲਿਖਿਆ ਵਾਕ ਫਕੀਰ ਤਾਂ ਪ੍ਰੇਮ ਰਸ ਦਾ ਕਵੀ ਸੀ ਮੈਨੂੰ ਤੋਤੇ ਵਾਂਗ ਸਾਰਾ ਬੋਲ ਯਾਦ ਰਹਿਣਾ ਕਠਨ ਹੈ ਚਲੋ ਇੰਨਾ ਹੀ ਸਹੀ ਕਵਿਤਾ ਦਾ ਕੀ ਘਾੜ ਜਾਓ ਜੇ ਮੈਨੂੰ ਬੁੱਲੇ ਦਾ ਪੂਰਾ ਟਪਾਣਾ ਯਾਦ ਰਹੇ ਮੇਰਾ ਕੀ ਕਸੂਰ ਹੋਇਆ ਉੜਦਿਆਂ ਨੂੰ ਉੜਦੇ ਬੋਲ ਉੜਦੇ ਉੜਦੇ ਹੀ ਯਾਦ ਰਹਿੰਦੇ ਹਨ ਅੱਜ ਸਵੇਰੇ ਮੇਰੀ ਭੈਣ ਹਾਰ ਲੈ ਆਈ ਤੇ ਆਪਣੀ ਚੁੰਝ ਵਿੱਚ ਲੈ ਉੱਡਦੀ ਉੜਦੀ ਉੜਦੀ ਮੱਕੇ ਪਹੁੰਚੀ ਮੱਕੇ ਬਾਬਾ ਮੇਰਾ ਲੇਟਿਆ ਹੋਇਆ ਸੀ ਸੁੱਤਾ ਹੋਇਆ ਵੀ ਚੇਤਨ ਜਾਗਦਾ ਸੀ ਪਰ ਅੱਖੀ ਨਹੀਂ ਖੋਲਦਾ ਸੀ ਮੁਸਲਮਾਨਾ ਨਾਲ ਜੋ ਖੁਦਾ ਦਾ ਘਰ ਇੱਕ ਕਾਬੇ ਵਿੱਚ ਹੀ ਮੰਨਦੇ ਸਨ ਰੁਸ ਜੋ ਗਿਆ ਸੀ ਅੱਖਾਂ ਤਾਂ ਨਹੀਂ ਖੋਲਦਾ ਸੀ ਕਾਜ਼ੀ ਰੁਕਨ الدین ਆਇਆ ਇਹ ਮੋਲਾਵਣਾ ਬੜੇ ਭਾਗਾ ਵਾਲਾ ਸੀ ਜੋ ਗੁਰਚਰਨੀ ਆਣ ਲੱਗਾ ਬਾਬੇ ਦੇ ਚਰਨ ਪਕੜੇ ਤੇ ਤਗਦਾ ਕੀ ਹੈ ਮੱਕਾਈ ਮੱਕਾ ਹੈ ਔਰ ਕੁਝ ਨਹੀਂ ਮੱਕੇ ਦੇ ਚਾਨੜੇ ਵਿੱਚ ਜਦ ਉਹਨੂੰ ਇਸ ਤੋਂ ਪਹਿਲੇ ਦੀਦਾ ਜਗਤ ਹਨੇਰਾ ਪ੍ਰਤੀਤ ਹੋਇਆ ਤਦ ਸ਼ਾਮਾ ਨੂੰ ਕਾਜ਼ੀ ਰੁਕਨਉਦੀਨ ਹੋਰੀ ਹੋਸ਼ ਵਿੱਚ ਆਏ ਜੋ ਰੱਬ ਹੀ ਰੱਬ ਹੈ ਔਰ ਤਾਂ ਕੁਝ ਨਹੀਂ ਕਾਜ਼ੀ ਹੱਥ ਜੋੜੇ ਬੈਠਾ ਹੈ ਤੇ ਬਾਬੇ ਨੇ ਅੱਖਾਂ ਖੋਲੀਆਂ ਬਾਬਾ ਮੁਸਲਮਾਨਾ ਵਿੱਚੋਂ ਉਹਨਾਂ ਨਾਲ ਜਿਨ੍ਹਾਂ ਰੱਬ ਨੂੰ ਪਛਾਤਾ ਤੇ ਰੱਬ ਨੂੰ ਸਹੀ ਕੀਤਾ ਉਹਨਾਂ ਨਾਲ ਮੰਨ ਪਿਆ ਬਾਬੇ ਨੇ ਅੱਖਾਂ ਕੇ ਖੋਲੀਆਂ ਇੱਕ ਨਵਾਂ ਦਿਨ ਚੜ ਪਿਆ ਬਾਬੇ ਦੀਆਂ ਅੱਖਾਂ ਵਿੱਚੋਂ ਹੀ ਤਾਂ ਇਹ ਪੂਰਬ ਦੀ ਲਾਲੀ ਵਾਲੇ ਤੜਕੇ ਦਾ ਨੂਰ ਨਿਕਲਦਾ ਹੈ ਬਾਬਾ ਅੱਖਾਂ ਬੰਦ ਕਰੇ ਤਾਂ ਹਨੇਰਾ ਸੂਰਜ ਵੀ ਤਾਂ ਕੋਈ ਚਾਨਣ ਨਹੀਂ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਬਾਬੇ ਮੇਰੇ ਦਾ ਹੀ ਚਾਨਣ ਹੈ ਨਾ ਇਹ ਹਾਲੇ ਤੈਨੂੰ ਪਤਾ ਨਹੀਂ ਲੱਗਾ ਅਸੀਂ ਪੰਛੀ ਕੋਈ ਇਹਨਾਂ ਬੂਟੀਆਂ ਤੇ ਬਾਵਾ ਦੇ ਤਨਾ ਅਸੀਂ ਤਾਂ ਉਹ ਪੰਛੀ ਹਾਂ ਜੋ ਬਾਬੇ ਦੀ ਅੱਖ ਵਿੱਚੋਂ ਫੁੱਟੀ ਪੋ ਦੀ ਨੂਰੀ ਘਟਾਂ ਵਿੱਚ ਉੱਪਰ ਹਾਂ ਤੁਰ ਉੱਪਰ ਉਡਾਰੀ ਮਾਰਨ ਵਾਲੇ ਹਾਂ ਮੇਰੀ ਭੈਣ ਤੱਕੋ ਇਹ ਵੀ ਮੈਨੂੰ ਯਾਦ ਨਹੀਂ ਰਿਹਾ ਕਿ ਉਹ ਮੈਥੀ ਵੱਡੀ ਸੀ ਕਿ ਨਿੱਕੀ ਕਿ ਅਸੀਂ ਹਾਣੀ ਸਾਂ ਪਰ ਪੰਛੀਆਂ ਦੀ ਬੁੱਧੀ ਤੇ ਯਾਦਦਾਸ਼ਤ ਨਿੱਕੀ ਜਹੀ ਤਾਂ ਹੁੰਦੀ ਹੈ ਤੇ ਇਸ ਵੇਲੇ ਉਹ ਵੀ ਕਿਧਰੇ ਟਹਿ ਕਰ ਗਵਾਚ ਪਈ ਹੈ ਮੈਂ ਕੀ ਕਰਾਂ ਜੋ ਹੋਵੇ ਸੋਈ ਜਾਣ ਲੈਣ ਆਪਣੀ ਚੁੰਝ ਵਿੱਚ ਲਈ ਫੁੱਲ ਮਾਲਾ ਬਾਬੇ ਦੇ ਚੌਵੀ ਪਾਸੇ ਉੱਪਰ ਉੱਪਰ ਜਿਉਂ ਇਹ ਧਰਤੀ ਸੂਰਜ ਮੰਡਲ ਦੇ ਚੋਗਿਰਦੀ ਘੁੰਮਦੀ ਹੈ ਇਸ ਤਰ੍ਹਾਂ ਚੂੰ-ਚੂੰ ਕਰਦੀ ਬਾਬੇ ਦੇ ਉੱਪਰ ਹਵਾ ਵਿੱਚ ਪਹਿਲਾਂ ਪਾਰੀ ਸੀ ਜਿਉਂ ਬਾਬੇ ਨੇ ਅੱਖ ਖੋਲੀ ਕਿਉਂ ਉਹ ਫੁੱਲ ਮਾਲਾ ਬਾਬੇ ਦੇ ਗਲੇ ਪਈ ਤੇ ਮੈਂ ਇੱਥੇ ਅੰਮ੍ਰਿਤਸਰ ਬੈਠਾ ਖੁਸ਼ੀ ਹੋ ਗਿਆ ਪੰਛੀਆਂ ਦੇ ਲੂ ਕੰਡੇ ਤਾਂ ਨਹੀਂ ਹੁੰਦੇ ਮੇਰੇ ਪਰ ਫੁੱਲ ਗਏ ਤੇ ਅੱਖਾਂ ਵਿੱਚ ਜਲ ਆ ਗਿਆ ਤੇ ਆਪ ਮੁਹਾਰਾ ਵਾਹਿਗੁਰੂ ਵਾਹਿਗੁਰੂ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਮੇਰੀ ਚੁੰਝ ਵਿੱਚ ਲੁੱਕੀ ਹੋਈ ਨਿੱਕੀ ਜਿਹੀ ਜੀਪ ਤੋਂ ਨਿਕਲਿਆ ਸੁਬਾਨ ਅੱਲਾ ਕਰਨ ਵਾਲੇ ਤਾਂ ਤਿੱਤਰ ਹਨ ਪਰ ਅਸੀਂ ਵਾਹਿਗੁਰੂ ਵਾਹਿਗੁਰੂ ਤੇ ਧੰ ਗੁਰੂ ਨਾਨਕ ਤੇ ਧੰ ਗੁਰੂ ਨਾਨਕ ਕਰਨ ਵਾਲੇ ਪੰਛੀ ਹਾਂ ਇਸ ਤਰ੍ਹਾਂ ਅਸੀਂ ਪੰਛੀ ਟੂਨੇ ਕਰਕੇ ਆਪਣੀ ਜਿੰਦ ਨੂੰ ਦਿਨ ਭਰ ਵਾਸਤੇ ਸੁਖੀ ਕਰ ਲੈਂਦੇ ਮੱਕੇ ਥੀ ਮੇਰੀ ਭੈਣ ਨੇ ਜੋ ਡਾਰੀ ਮਾਰੀ ਤੇ ਇੱਕ ਰਕੜ ਜੇ ਪਹਾੜ ਪਰ ਆਨ ਬੈਠੀ ਇਸ ਪਹਾੜ ਉਪਰ ਨਿਕੀਆਂ ਨਿਕੀਆਂ ਬੂਟੀਆਂ ਜਈਆਂ ਸਨ ਜਿਸ ਟਾਣੀ ਪਰ ਭੈਣ ਜੀ ਬੈਠੇ ਸਨ ਉਸ ਦੇ ਤੱਲੇ ਇੱਕ ਤੇਤਰ ਕਾਇਲ ਹੋਇਆ ਪਿਆ ਸੀ ਉਸ ਦੀ ਟੰਗ ਉਪਰ ਇੱਕ ਛੁਰੇ ਦਾ ਜ਼ਖਮ ਸੀ ਹਿਲਦਾ ਨਹੀਂ ਸੀ ਪਰ ਆਪਣੀ ਚੁੰਝ ਘੜੀ ਘੜੀ ਅੜਦਾ ਸੀ ਭੈਣੀ ਮੇਰੀ ਮੈਥੀ ਸਿਆਣੀ ਹੈ ਉਸ ਤਰ ਦੀ ਬੋਲੀ ਸਮਝ ਲਈ ਤੇ ਫਿਰ ਉੱਡੀ ਤੇ ਦੂਰ ਇੱਕ ਪਾਣੀ ਦਾ ਚਸ਼ਮਾ ਸੀ ਉਥੇ ਜਾ ਕੇ ਇੱਕ ਨਿੱਕੀ ਸਕੂਲ ਪੜ੍ਹਦੀ ਕੁੜੀ ਦਾ ਬਲੋਕਣਾ ਆਪਣੀ ਚੁੰਝ ਵਿੱਚ ਲੈ ਉੱਡੀ ਬਲੋਕਣਾ ਤੋਤਾ ਪਰ ਹਰ ਕੰਮ ਕਰਦਿਆਂ ਭੈਣੀ ਮੇਰੀ ਬੜੀ ਬੀਬੀ ਹੈ ਉਹ ਆਪਣੀ ਵਾਹਿਗੁਰੂ ਵਾਹਿਗੁਰੂ ਦੀ ਚੁੰਝ ਨੂੰ ਨਹੀਂ ਬੰਦ ਕਰ ਸਕਦੀ ਉਹ ਸਦਾ ਗਾਮ ਦੀ ਚਿੜੀ ਹੈ ਤੇ ਉਸ ਵਿੱਚ ਵਾਹਿਗੁਰੂ ਵਾਹਿਗੁਰੂ ਕਰਦੇ ਆ ਠੰਡਾ ਜਲ ਬਲੋਕਣੇ ਨੂੰ ਜਲ ਵਿੱਚ ਡੋਪ ਕੇ ਭਰਿਆ ਤੇ ਇੱਕ ਉੱਚੇ ਪੇੜ ਦੀ ਟਾਹਣੀ ਵਿੱਚ ਰੱਖਿਆ ਤੇ ਆਪ ਫਿਰ ਅੱਗੇ ਪਿੱਛੇ ਉੱਡੀ ਤੇ ਆਪਣੇ ਪੰਜਿਆਂ ਨੂੰ ਥੋੜਾ ਜਿਹਾ ਇੱਕ ਚੀਕੜੀ ਮਿੱਟੀ ਨਾਲ ਭਰਿਆ ਤੇ ਫਿਰ ਕਣਕ ਦੇ ਖਲਵਾੜੇ ਵਜਾ ਕੇ ਕੁਝ ਦਾਣੇ ਆਪਣੇ ਪੰਜੇ ਵਿੱਚ ਬੜੀ ਹਕਮਤ ਨਾਲ ਫਸਾਏ ਤਦ ਉਹ ਬਲੋਕਣਾ ਚੁੱਕਿਆ ਤੇ ਵਾਹਿਗੁਰੂ ਵਾਹਿਗੁਰੂ ਕਰਦੀ ਤਿੱਤਰ پاس ਪਹੁੰਚੀ ਚੂੰ-ਚੂੰ ਕਰਦੀ گاਉਂ ਦੀ ਨੇ ਤਿੱਤਰ ਨੂੰ ਅੰਤੇ ਜਲ ਛਕਾਇਆ ਤਿੱਤਰ ਨੇ ਸੁਬਾਨ ਅੱਲਾਹ ਕੀਤੀ ਕੁਝ ਤੁਰਨ ਲੱਗਾ ਛੁਰੇ ਦਾ ਜ਼ਖਮ ਤਾਂ ਵੱਲ ਸਾਸੂ ਪਰ ਭੁਗਤੇ ਤੇ ਨਾਲ ਵਿਚਾਰਾ ਬਿਆਕੁਲ ਸੀ ਮੇਰੀ ਭੈਣੀ ਨੇ ਉਹਨੂੰ ਖੁਸ਼ੀ ਦੇਖ ਕੇ ਵਾਹਿਗੁਰੂ ਨੂੰ ਯਾਦ ਕੀਤਾ ਤੇ ਅਰਦਾਸਾ ਕੀਤਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਕਾਪਲ ਅਰਦਾਸਾ ਸੋਤ ਕੇ ਉੱਡਣ ਨੂੰ ਖੰਭ ਫੈਲਾਵਣੀ ਲੱਗੀ ਸੀ ਕਿ ਕੀ ਵੇਂਦੀ ਹੈ ਕਿ ਪਹਾੜੀ ਉੱਪਰ ਬਾਬਾ ਮੇਰਾ ਟਹਿਲ ਰਿਹਾ ਹੈ ਚਰਨਾ ਉੱਪਰ ਜਾ ਕੇ ਡਿੱਗੀ ਬਾਬੇ ਨੂੰ ਆਪਣੇ ਕੋਲ ਸੱਦਣ ਵਾਸਤੇ ਸਾਡੇ ਪੰਛੀਆਂ ਪਾਸ ਇਹ ਇੱਕ ਟੂਨਾ ਹੈ ਜਿਹੜਾ ਟੂਨਾ ਮੇਰੇ ਬਾਬੇ ਪਰ ਵੀ ਚੱਲ ਜਾਂਦਾ ਹੈ ਦੇਖਿਆ ਨੇ ਮੇਰੀ ਭੈਣੀ ਕੋਲ ਤਾਂ ਕਿਸ ਫੁਰਤੀ ਨਾਲ ਲੱਪੜਿਆ ਪਤਾ ਨਹੀਂ ਕਿੰਨੀ ਦੂਰੋਂ ਆਇਆ ਹੈ ਤੂੰ ਜਨਮ ਸਾਖੀ ਨਹੀਂ ਸੁਣੀ ਬਾਬਾ ਤਾਂ ਭਾਈ ਕੋਈ ਪੰਖੀ ਹੀ ਸੀ ਕੋਈ ਮਨੁੱਖਤਾ ਨਹੀਂ ਸੀ ਇਹ ਮਨੁੱਖਤਾ ਤਾਂ 까ਤੀ ਕੀ ਹੀ ਮੇਰੇ ਬਾਬੇ ਨੂੰ ਮਨੁੱਖ ਕਹਿੰਦੇ ਹਨ ਜਨਮ ਸਾਖੀਆਂ ਵਿੱਚ ਤਾਂ ਸਾਫ਼ ਲਿਖਿਆ ਹੈ ਬਾਬੇ ਨੇ ਉਡਾਰੀ ਲੀਤੀ ਤੇ ਬੀਬੀ ਨਾਨਕ ਜੀ ਕੋਲ ਜਦੋਂ ਉਹਨਾਂ ਅਰਦਾਸ ਦਰਸ਼ਨ ਵਾਸਤੇ ਕੀਤੀ ਤਦੋਂ ਹੀ ਆਪੜਿਆ ਨਹੀਂ ਭਾਈ ਬਾਬਾ ਜ਼ਰੂਰ ਸੀ ਤਾਂ ਮੇਰਾ ਉਹ ਪੰਛੀ ਹੀ ਸੀ ਬਿਬੀ ਨਾਨ ਕੀ ਕੋਲ ਹਰ ਵੇਲੇ ਪਹੁੰਚ ਜਾਂਦਾ ਸੀ ਤੇ ਹੁਣ ਤਾਂ ਪ੍ਰਤੱਖ ਦੇਖ ਲੈ ਮੇਰੀ ਭੈਣੀ ਕੋਲ ਤਾਂ ਉਸ ਸੁੱਕੇ ਰੇਤਲੇ ਟਿੱਲੇ ਪਰ ਵੀ ਪਹੁੰਚ ਹੀ ਗਿਆ ਮਨੁੱਖਾਂ ਕੋਲ ਅੱਜ ਕੱਲ੍ਹ ਘਾਟ ਆਉਂਦਾ ਹੈ ਕਿਸ ਤਰ੍ਹਾਂ ਆਵੇ ਉਹ ਕਸੂਰ ਦੇ ਫਕੀਰ ਵਾਲੇ ਟੂਨੇ ਕਾਮਨ ਜਿਹੜੇ ਅਸੀਂ ਪੰਛੀ ਵੀ ਜਾਣਦੇ ਹਾਂ ਉਹ ਟੂਨੇ ਕਾਮਨ ਇਹਨਾਂ ਨੂੰ ਨਹੀਂ ਆਉਂਦੇ ਉਹ ਤਾਂ ਬੁੱਲਾ ਸੀਨਾ ਇਹ ਤਾਂ ਭੁੱਲੇ ਹੋਏ ਹਨ ਬਾਬੇ ਨੂੰ ਸਦਣ ਵਾਸਤੇ ਮੇਰੇ ਬਾਪੂ ਜੀ ਨੇ ਮੈਨੂੰ ਦੱਸਿਆ ਹੈ بڑے ਟੂਨੇ ਕਾਮਨ ਕਰਨੇ ਪੈਂਦੇ ਹਨ ਉਹ ਭਾਈ ਮੇਰੇ ਪਿਤਾ ਜੀ ਦੀਆਂ ਅੱਖਾਂ ਲਾਲ ਹੋ ਗਈਆਂ ਹਨ ਭਾਈ ਹੁਣ ਮੈਨੂੰ ਘਰ ਸਦਿਆ ਹੈ ਬਾਹਰ ਬਹੁਤ ਉਡਣ ਫਿਰਨ ਦੀ ਮੈਨੂੰ ਹਾਲੇ ਆਗਿਆ ਨਹੀਂ ਜਦ ਬਾਬੇ ਨੂੰ ਉਸ ਸੁੱਕੇ ਟਿੱਲੇ ਪਰ ਬੁਲਾਉਣ ਦੀ ਜਾਚ ਆ ਗਈ ਤਾਂ ਮੈਂ ਚੋਰੀ-ਚੋਰੀ ਆਪਣੇ ਪਿਤਾ ਜੀ થી ਆਪਣੀ ਭੈਣੀ ਨਾਲ ਸਲਾਹ ਕਰਕੇ ਤੁਸਾਂ ਨੂੰ ਕੋਈ ਟੂਣਾ ਕਾਮਨ ਦੱਸ ਕੇ ਜਾਵਾਂਗਾ ਤਦ ਤੱਕ ਤੁਸੀਂ ਮੇਰੀ ਉਡੀਕ ਕਰੋ ਅੱਛਾ ਉਡੀਕਣਾ ਮੈਂ ਹੁਣੇ ਆਇਆ ਕਿ ਆਇਆ ਪਰ ਨਹੀਂ ਭਾਈ ਮੈਂ ਕੀ ਜਾਣਾਂ ਨਥ ਖਸਮੇ ਆਥੇ ਪਤਾ ਕੀ ਹੋਵੇ ਬਾਬੇ ਦਾ ਵਾਕ ਹੈ ਮਰਦਾਨਿਆਂ ਦੇਖ ਕਰਤਾਰ ਦੇ ਰੰਗ ਤਮਾਸ਼ੇ ਜੋ ਤੁਧ ਭਾਵੇ ਸਾਈ ਭਲੀਕਾਰ ਪਰ ਉੜਦੇ ਆ ਉੜਦੇ ਆ ਇੱਕ ਟੂਣਾ ਦਸੀ ਜਾਵਾ ਮੈਨੂੰ ਅਰਮਾਨ ਨਾ ਰਵੇ ਜਿਹੜੀ ਮਾਰ ਉਹਨਾਂ ਲਾਲ ਅੱਖਾਂ ਤੋਂ ਪਵੇਗੀ ਉਹ ਮੈਂ ਆਪਣੀ ਬਟੇਰ ਹੱਡੀ ਪਰ ਸਹਾਰ ਲੈਸਾ ਬਬ ਇੱਕ ਵੇਰੀ ਮੇਰੇ ਕੋਲ ਚੋਰਾ ਵਾਂਗੂ ਚੁਪ ਚੁਪੀਤਾ ਆ ਗਿਆ ਸੀ ਤੇ ਮੈਨੂੰ ਪਤਾ ਤਾਂ ਲੱਗਾ ਜਦ ਉਹ ਫਿਰ ਟੁਰ ਵੀ ਗਿਆ ਸੀ ਤੂੰ ਸਾਡੇ ਨਾਲ ਮਤੇ ਇਵੇਂ ਹੀ ਹੋਵੇ ਕਿਉਂ ਜੇ ਮੈਂ ਵੀ ਹਾਲੇ ਸਿਖਾਂਦਰੂ ਹੀ ਹਾਨਾ ਮੈਂ ਇੱਕ ਵੇਰੀ ਬੇਸੁਰ ਬੇਤਾਲ ਪੰਛੀ ਗੀਤਾਂ ਵਿੱਚ ਗਾਇਆ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾਸਾਂ ਨੂੰ ਸੱਥਰ ਚੰਗਾ ਪਟ ਖੇੜਿਆਂ ਦਾ ਰਹਿਣ ਇਹ ਗਾਈ ਜਾਓ ਬਾਬੇ ਨੇ ਜਦ ਸੁਣਿਆ ਤਾਦੀ ਤੁਸਾਂ ਕੋ ਲਾਉ ਸੀ ਪਰ ਮੇਰੇ ਵਾਂਗੂ ਤੁਸਾਂ ਰਾਤ ਸੁੱਤਿਆਂ ਨਾ ਗੁਜ਼ਾਰ ਦੇਣੀ ਬਾਬੇ ਦੀ ਉਡੀਕ ਵਿੱਚ ਦਿਨ گزارਨਾ ਤੇ ਬਾਬੇ ਦੀ ਉਡੀਕ ਵਿੱਚ ਰਾਤ ਭਾਈ ਮੈਨੂੰ ਬਹੁਤ دیر ਹੋ ਗਈ ਆਵਾਜ਼ਾਂ ਆ ਰਹੀਆਂ ਹਨ ਭੈਣੀ ਜੀ ਵੀ ਘਰ ਆਪਨੇ ਹਨ ਅੱਜ ਤਾਂ ਭਾਈ ਅਸਾਂ ਰੱਜ ਕੇ ਮੱਕੀ ਦੇ ਪ੍ਰਸ਼ਾਦੇ ਛਕਣੇ ਹਨ ਅੱਜ ਹੋਰ ਬੋਲਾ ਨਹੀਂ ਦੇਣ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ